गणपत प्रेमी श्रद्धालु भक्तजनों से मेरा निवेदन है कि अधिक से अधिक संख्या में पधार करके श्रीमद् भागवत कथा का लाभ लें और धर्म का प्रचार प्रसार हो, सनातन धर्म का प्रचार प्रसार हो, ऐसा मैं आप सबसे निवेदन करती हूँ। तो आप सभी का बहुत बहुत आमंत्रण है, पधारे भगवत कथा को सुनने के लिए। ਬੜੀ ਕਿਰਪਾ ਰਾਮ ਬਾਬੇ ਦੀ, ਉਹ ਹਾਰੇ ਦੇ ਸਹਾਰੇ ਦੀ ਬਹੁਤ ਕਿਰਪਾ। ਅਸੀਂ ਸਾਰੇ ਬੜੇ ਪਿਆਰ ਨਾਲ ਸਾਰੇ ਦਿਨ ਤਿਉਹਾਰ ਮਨਾਉਣੇ ਆ, ਸਾਰੇ ਤਿਉਹਾਰ ਮਨਾਉਣੇ ਇਕੱਠੇ ਅਸੀਂ, ਔਰ ਅੱਜ ਕਲਸ਼ ਯਾਤਰਾ ਕੱਢੀ ਜਾ ਰਹੀ ਹੈ ਔਰ ਮੈਂ ਅਰਦਾਸ ਕਰਦਾ ਸਾਰੇ ਸੁੱਖ ਸ਼ਾਂਤੀ ਵਰਤੇ ਔਰ ਬਾਬਾ ਸਾਡੇ ਦੀ ਮਿਹਰ ਕਰੇ, ਇਹਦਾ ਹਾਰੇ ਦਾ ਸਹਾਰਾ ਹੈ ਤੋਂ ਪੰਜਾਬ ਨੂੰ ਮੁੜ ਤੋਂ ਖੜਾ ਕਰੇ। ਬਹੁਤ ਤੋਂ ਬੋਲੋ ਸ਼ਾਮ ਪਿਆਰੇ ਕੀ, ਹਾਰੇ ਕੇ ਸਹਾਰੇ ਕੀ। ਮਾਣਯੋਗ ਸਪੀਕਰ ਸਾਹਿਬ, ਬਾਬਾ ਜੀ ਦੇ ਸ਼ਾਮ ਪ੍ਰਭੂ ਦੇ ਪਰਮ ਭਗਤ ਹੈ ਇਹ, ਜਾਣੀ ਕਿ ਜਦੋਂ ਵੀ ਸਪੀਕਰ ਸਾਹਿਬ ਨੂੰ ਯਾਦ ਕਰਦੇ ਹੈ ਅਤੇ ਸਮੇਂ 'ਚੋਂ ਸਮਾਂ ਨਿਕਾਲ ਕੇ ਸ਼੍ਰੀ ਸ਼ਾਮ ਮੰਦਰ ਪਹੁੰਚਦੇ ਹੈ ਅਤੇ ਬਾਬਾ ਜੀ ਦੇ ਦਰਸ਼ਨ ਕਰਦੇ ਆ, ਆਨੰਦ ਲੈਂਦੇ ਆ, ਭਜਨ ਸੁਣਦੇ ਆ, ਭਜਨ ਗਾਉਂਦੇ ਵੀ ਹੈ, ਅਤੇ ਇੰਨਾ ਆਨੰਦ ਆ ਰਿਹਾ ਅੱਜ ਸਪੀਕਰ ਸਾਹਿਬ ਬਾਬਾ ਜੀ ਦੇ ਦਰਸ਼ਨ ਕਰਨ ਵਾਸਤੇ ਆਏ ਆ, ਕਲਸ਼ ਯਾਤਰਾ ਵਿੱਚ ਆਏ ਆ। ਬਹੁਤ ਬਹੁਤ ਹੀ ਸਾਰੀ ਟੀਮ ਸਾਡੇ ਮਾਣਯੋਗ ਸਪੀਕਰ ਸਾਹਿਬ ਨੇ ਅੱਜ ਵਧਾਈ ਦੇ ਪਾਤਰ, ਬਹੁਤ ਬਹੁਤ ਧੰਨਵਾਦ ਕਰਦੇ ਹਾਂ ਸਪੀਕਰ ਸਾਹਿਬ ਦਾ ਜੀ। ਦੇਸ਼ ਵਿਦੇਸ਼ ਅਤੇ ਲੋਕਲ ਸ਼ਹਿਰਾਂ ਦੀਆਂ ਤਰੋ ਤਾਜ਼ੀਆਂ ਖਬਰਾਂ ਦੇਖਣ ਦੇ ਲਈ ਸਾਡਾ ਇਹ YouTube ਚੈਨਲ ਜਨ ਕਲਿਆਣ ਟੀਵੀ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੇ ਨਾਲ ਹੀ ਬੈਲ ਆਈਕਨ ਵੀ ਆਨ ਕਰ ਦਿਓ ਤਾਂ ਕਿ ਜਦੋਂ ਵੀ ਅਸੀਂ ਨਵੀਂ ਤੋਂ ਨਵੀਂ ਕੋਈ ਨਿਊਜ਼ ਅਪਲੋਡ ਕਰੀਏ ਤਾਂ ਉਹਦੀ ਨੋਟੀਫਿਕੇਸ਼ਨ ਤੁਹਾਡੇ ਤੱਕ ਜਲਦ ਤੋਂ ਜਲਦ ਪਹੁੰਚ ਜਾਏ। ਸੋ ਸਬਸਕ੍ਰਾਈਬ ਜਨ ਕਲਿਆਣ ਟੀਵੀ।